ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਵੇਂ ਦਿਨ ਅਤੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਆਪਾਂ ਦੋ ਦਿਨ ਹੋ ਗਏ ਬਲੌਗ ਨਹੀਂ ਪਾਇਆ ਹੈਗਾ। ਆਪਾਂ ਘੁੰਮਣ ਗਏ ਸੀਗੇ, ਤੁਹਾਨੂੰ ਪਤਾ ਹੀ ਆ, ਵਾਪਸ ਮੁੜਿਆ ਥੋੜ੍ਹੀ ਛਾਤੀ 'ਚ ਪ੍ਰੋਬਲਮ ਆ ਗਈ ਸੀਗੀ। ਐਕਚੁਅਲੀ ਪਹਿਲਾਂ ਬਿਮਾਰ ਹੋ ਗਿਆ ਸੀਗਾ, ਉਸ ਤੋਂ ਬਾਅਦ 'ਚੋਂ ਪ੍ਰੋਪਰ ਠੀਕ ਨਹੀਂ ਹੋਇਆ, ਉਵੇਂ ਚੱਲ ਗਿਆ। ਉੱਥੇ ਮਤਲਬ ਪਹਾੜੀ ਇਲਾਕੇ ਜਾਣਾ ਤੁਸੀਂ ਲੇਹ ਲਦਾਖ ਕਰਨੀ, ਤਾਂ ਸਰੀਰ ਪੂਰਾ ਫਿੱਟ ਹੋਣਾ ਚਾਹੀਦਾ। ਬੁਖਾਰ ਬਖੂਰ ਨਹੀਂ, ਬੁਖਾਰ ਬਖੂਰ ਤੋਂ ਨੋਰਮਲ ਹੋ ਕੇ ਜਾਓ। ਬੁਖਾਰ ਹੋਣ ਤੋਂ ਬਾਅਦ ਜਦੀ ਨਾ ਜਾਓ, ਘੱਟੋ ਘੱਟ ਮਹੀਨਾ ਪਾ ਕੇ ਜਾਓ। ਅਤੇ ਐਕਚੁਲੀ ਮੈਂ ਚੱਲ ਗਿਆ ਜਦੀ ਬੁਖਾਰ ਦੇ ਵਿੱਚ ਹੀ, ਬੁਖਾਰ ਵੀ ਸੀਗਾ, ਜਾਂਦਾ ਦਵਾਈ ਵੀ ਖਾਂਦਾ ਗਿਆ, ਅਤੇ ਵੈਸੇ ਛਾਤੀ ਜੁੜੀ ਹੋਈ ਸੀਗੀ, ਉੱਥੇ ਜਾ ਕੇ ਜ਼ਿਆਦਾ ਪ੍ਰੋਬਲਮ ਆ ਗਈ, ਉਹਦੇ ਕਰਕੇ ਮੈਂ ਵਾਪਸ ਮੁੜਾਇਆ। ਅੱਜ ਪ੍ਰੋਗਰਾਮ ਹੈਗਾ ਜੀ ਨਾਪਰੀ ਤੋਂ, ਉਹਨੇ ਆਪਣੇ ਗਏ ਹੋਏ ਨੇ ਨਾਨਕੇ, ਬੱਚੇ ਨਾਨਕਿਆਂ ਨੂੰ ਗਏ ਹੋਏ ਨੇ, ਉਹਨਾਂ ਨੂੰ ਲੈਣ ਚੱਲਿਆ ਵਾਂ, ਅਤੇ ਗੱਡੀ ਵਾਸ਼ ਕਰਾ ਰਿਹਾ ਵਾਂ। ਗੱਡੀ ਦਾ ਬੜਾ ਬੁਰਾ ਹਾਲ ਹੋਇਆ ਪਿਆ ਸੀਗਾ, ਮੈਂ ਚੱਲ ਧਵਾ ਲਈਏ ਜਾਂਦੇ ਹੋਏ, ਉਹਨਾਂ ਨੂੰ ਲੈ ਕੇ ਆਉਣਾ ਵਾ ਨਾਨਕਿਆਂ ਤੋਂ, ਉਹ ਦੇਖਦੇ ਹਾਂ ਜੀ। ਮਿੱਤਰੋ, ਆਪਾਂ ਗੱਡੀ ਧਵਾ ਲਈ, ਗੱਡੀ ਧਵਾ ਕੇ ਨਿਕਲ ਗਏ, ਅਤੇ ਆਪਾਂ ਹੁਣ ਬੱਚਿਆਂ ਦੇ ਨਾਨਕਿਆਂ ਨੂੰ ਚੱਲੇ ਹਾਂ। ਅਤੇ ਚਲੋ ਚੱਲੀਏ, ਅਤੇ ਮੌਸਮ ਵੀ ਠੀਕ ਆ ਹੁਣ ਤਾਂ ਨਾ, ਟੈਂਪਰੇਚਰ ਵੀ ਠੀਕ ਆ, ਹੁਣ 24-25 ਡਿਗਰੀ ਟੈਂਪਰੇਚਰ ਰਹਿਣ ਲੱਗ ਗਿਆ, ਵਧੀਆ, ਹੁਣ ਗਰਮੀ ਘੱਟ ਗਈ। ਆਪਾਂ ਬੱਚਿਆਂ ਦੇ ਨਾਨਕੇ ਆ ਗਏ, ਆਪਣਾ ਖੁੜ ਕੇਲਾ ਇਹਨੂੰ ਲੈਣ ਆਏ ਹਾਂ। ਚੱਲੀਏ ਬੰਦਾ ਸਪਾਰ ਦੇ ਮੇਲੇ ਤੋਂ ਪਾਥੀ ਨਾ ਲੈ ਗਿਆ, ਫਿਰ ਕੋਈ ਫਾਇਦਾ ਨਹੀਂ ਗਾ। ਮੈਂ ਚੈੱਕ ਕਰੂ, ਆਹ ਫੋਕੀ ਪਾਥੀ ਆ, ਆਹ ਘੱਟ ਮਿੱਠੇ ਵਾਲੀ ਆ, ਆਹ ਵੱਧ ਮਿੱਠੇ ਵਾਲੀ ਆ, ਹੈ ਨਾ, ਆਹ ਖੋਏ ਵਾਲੀ, ਆਹ ਜਲੇਬੀਆਂ। ਜਵਾਕ ਘਰੇ ਆਉਣ ਲੱਗ ਗਏ ਅਤੇ ਚਿੱਕ ਚਿਘਾੜਾ ਸਟਾਰਟ ਹੋ ਗਿਆ, ਐਨ ਗਾਹ ਪੈਂਦਾ ਪਿਆ ਪੂਰਾ, ਚਿੱਕਾਂ ਪੈ ਰਹੀਆਂ ਚਿੱਕਾਂ। ਹਾਂਜੀ ਮਿੱਤਰੋ, ਪਹੁੰਚ ਗਏ ਅੱਜ ਜਿੰਮ ਆਫਟਰ ਲੌਂਗ ਟਾਈਮ। ਚਲੋ ਅੱਜ ਜਿੰਮ ਲਾਉਂਦੇ ਹਾਂ, ਬਹੁਤ ਦਿਨ ਬਾਅਦ ਲਾਉਣਾ, ਅੱਜ ਦੇਖਦੇ ਹਾਂ ਸਰੀਰ ਚੱਲਦਾ ਨਹੀਂ ਚੱਲਦਾ। ਸਾਰੇ ਠੀਕ ਠਾਕ ਹੋਵੋਗੇ ਅੱਜ ਨਵੇਂ ਦਿਨ 'ਚ, ਅਤੇ ਪੁਰਾਣੇ ਬਲੌਗ ਨੂੰ ਕੰਟੀਨਿਊ ਕਰਦੇ ਹੋਏ ਵੈਲਕਮ ਕਰਦੇ ਹਾਂ। ਉਹ ਵੀ ਮਿੱਤਰੋ ਚੈੱਕ ਕਰੋ, ਆਪਣੀਆਂ ਸੁਰੰਗ ਬਣ ਚੱਲੀ, ਚੈੱਕ ਕਰੋ ਉੱਪਰ, ਅਤੇ ਛੋਟੂ ਅੱਜ ਲੱਜ ਆਪਾਂ ਵੈਜੀਟੇਬਲ ਲਾਉਣੇ ਆ। ਸਬਜ਼ੀ ਕਿਹੜੀ ਕਿਹੜੀ ਲਾ ਰਿਹਾ ਵੀ, ਪਾਣੀ ਲਾਉਣ ਵਾਲਾ ਲਾਏਂਗੇ ਤਾਂ, ਹਾਂ ਚੈੱਕ ਕਰੋ ਆਪਣਾ ਇਹ ਬਣ ਗਿਆ, ਫਲ ਫਰੂਟਾਂ ਦਾ ਗਰਾਊਂਡ ਚੈੱਕ ਕਰੋ ਆਪਣੀ ਸੁਰੰਗ, ਉੱਪਰੋਂ ਹੁਣ ਉੱਪਰ ਜੋੜਨ ਲੱਗ ਗਈ, ਹੁਣ ਹਲਦੀ ਚੈੱਕ ਕਰੋ, ਵਧੀਆ ਹੋ ਗਈ ਪੂਰੀ ਪੂਰੀ ਵਧੀਆ ਹਲਦੀ ਹੋ ਗਈ, ਚੈੱਕ ਕਰੋ ਕਿੰਨੀ ਵਧੀਆ। ਇੱਥੇ ਸ਼ਾਮ ਆ, ਠੰਡੀ ਠੰਡੀ ਹਵਾ ਆਉਂਦੀ ਆ, ਮੌਸਮ ਵਧੀਆ ਹੋ ਗਿਆ, ਵੈਸੇ ਹੁਣ ਐਤਕੀ ਪੱਛਮ ਵਧੀਆ ਚੱਲਦੀ ਆ, ਤਾਂ ਅਸੀਂ ਬਿਮਾਰੀ ਆ, ਝੋਨੇ ਬਿਮਾਰੀ ਘੱਟ ਆ, ਐਤਕੀ ਬਿਮਾਰੀ ਹੈ ਨਹੀਂ ਗੀ। ਸਾਹਮਣੇ ਸਾਰੇ ਫਰੂਟਾਂ ਦੇ ਬੂਟੇ ਆ, ਉਹਨੇ ਪਲਾਟਾਂ 'ਚ ਫਰੂਟ ਬੂਟੇ ਲਾਏ ਨੇ, ਇੱਧਰ ਵੀ ਅਤੇ ਇੱਧਰ ਵੀ, ਆਪਾਂ ਦਿਖਾਉਣਾ ਵਾ ਖਰਾਬ ਆ, ਇੱਧਰਲੇ ਪਾਸੇ ਵੀ ਪਲਾਟ 'ਚ ਫਰੂਟ ਆ, ਇੱਧਰ ਵੀ ਆਹ ਲਾਈਨ ਜਿਹੜੀ ਆਹ ਬਣਾਈ ਆ, ਲਾਈਨ ਬੂਟਿਆਂ ਦੀ ਵਧੀਆ ਕੰਧ ਟੈਪ ਜੀ ਬਣ ਗਈ, ਇੱਕ ਲਾਈਨ ਬਣਾਈ ਆ ਬੂਟਿਆਂ ਦੀ, ਇਹ ਕੰਧ ਟੈਪ ਬਣ ਗਈ, ਨਾਲੇ ਕੰਧ ਕੰਮ ਕਰਦੀ ਆ, ਨਾਲੇ ਵਧੀਆ ਡੈਕੋਰੇਸ਼ਨ ਟੈਪ ਜਿਹਾ ਹੋ ਗਿਆ, ਅਤੇ ਸੈਪਰੇਟਿੰਗ ਕਰਦੀ ਆ ਪਲਾਟ ਨੂੰ, ਅਤੇ ਬੂਟੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਪਾਰਕ ਆਪਣੀ, ਵਧੀਆ ਪਾਰਕ ਆ, ਗਰੀਨਰੀ, ਬੂਟੇ ਵੀ ਵਾਈਟ ਵਾਈਟ ਆਉਣ ਲੱਗ ਗਏ, ਆਹ ਦੇਖੋ ਚੈੱਕ ਕਰੋ ਮਾਲੀ ਬੂਟੇ ਕੱਟ ਗਿਆ, ਆਰੇ ਵਾਈਟ ਵਾਈਟ ਫੁੱਲ ਵੀ ਆ ਗਏ, ਸਾਰੀ ਪਾਰਕ ਆ। ਦੱਸੋ ਤੁਹਾਨੂੰ ਕਿਵੇਂ ਲੱਗੀ ਆਪਣੀ ਪਾਰਕ, ਚੈੱਕ ਕਰੋ ਮਿੱਤਰੋ, ਅੱਜ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਫੈਮਿਲੀ ਅਤੇ ਸਾਰੇ ਬੱਚੇ ਇਕੱਠੇ ਟੂਗੈਦਰ ਇੰਜੋਏ ਕਰਦੇ ਹੋਏ, ਸ਼ਾਮ ਦਾ ਟਾਈਮ ਆ, ਮੌਸਮ ਠੰਡਾ, ਚੈੱਕ ਕਰੋ ਵੱਡੀ ਵੱਡੀ, ਉਹ ਛੋਟੀਆਂ ਚੁੰਮੜ ਕੇ ਆਪਦੀ ਮਾਂ ਨੂੰ, ਪਤਾ ਜਾਣਾ ਉਹਨੂੰ, ਪਤਾ ਜਾਣਾ ਅੱਗੇ ਹੁਣ ਅਸੀਂ ਜਾਣਾ ਵਾ, ਅਤੇ ਆਪਦੀ ਮਾਂ ਨੂੰ ਚੁੰਮੜੀ ਜਾਂਦਾ। ਚਲੋ ਹੁਣ ਚੱਲਦੇ ਹਾਂ ਆਪਾਂ, ਗੁਰਜੋਤ ਨੂੰ ਦਵਾਈ ਦਵਾ ਕੇ ਲਗਾਉਣੀ ਆ,
ਆਪਾਂ ਗੱਡੀ ਡਸਟ ਲੱਗਣੀ ਉਹ ਚ ਤੇਲ ਪਵਾ ਕੇ ਦੇਖਣਾ ਮੌਸਮ ਦੇਖੋ ਅੱਜ ਮਾਹੌਲ ਕਿੰਨਾ ਘੈਂਟ ਆ ਤੇ ਪੁੱਤ ਚਾਬੀ ਲਿਆਂਦੀ ਗੱਡੀ ਦੀ ਚੈੱਕ ਕਰੋ ਪਾਰਕ ਸਾਡੀ ਉਹਨੂੰ ਘੁਮਾਤਾ ਫੜ ਕੇ ਉਹਨੂੰ ਤਮੀਰ ਆ ਗਈ ਉੱਠ ਭੈਣ ਭਰਾ ਲੜ ਪਏ ਉਹ ਦਾਦੂ ਲੱਗ ਰਿਹਾ ਇਹਦਾ ਹਾਂਜੀ ਹਾਂਜੀ ਕਿੱਦਾਂ ਯਾਰ ਛੱਡ ਦੇ ਯਾਰ ਨਹੀਂ ਮਿਲਦਾ ਕਹਾਂ ਹੈ ਢਿੱਡ ਖਰਾਬ ਹੋਇਆ ਲੱਗਦਾ ਨਾ ਚਲੋ ਵੀ ਚੱਲੀਏ ਦੇਖੋ ਬੱਚੇ ਵਾਜ ਬੱਚੇ ਉਹ ਪਿੱਛੇ ਉਸ ਸਾਲ ਨੇ ਫਲੜਾ ਪਿੱਛੇ ਟਾਕੀ ਬੰਦ ਕਰੋ ਸਾਗਰ ਰਤਨ ਮਹਾਰਾਜਾ ਰੈਂਸੀ ਤੇ ਆਪਾਂ ਖਾਵਾਂਗੇ ਡੋਸਾ ਇਹਦੇ ਚ ਜਾਣਾ ਇਹਦੇ ਅੰਦਰ ਵੀ ਮਿੱਤਰੋ ਰੈਸਟੋਰੈਂਟ ਚ ਆ ਗਏ ਆਪਾਂ ਕਿੱਥੇ ਬਹਿਣਾ ਦੇਖੋ ਬਈ ਦੱਸੋ ਕਿੱਥੇ ਬਹਿਣਾ ਆਹ ਦੇਖੋ ਇਹਨਾਂ ਦਾ ਡੈਕੋਰੇਸ਼ਨ ਆਹ ਕੀ ਆ ਇੱਥੇ ਆਈ ਹੈ ਇੱਥੇ ਦੀ ਹੈਗੀ ਸਿਫਾਰਸ਼ ਬਈ ਨਾਪਰੀ ਦੀ ਨਾਪਰੀ ਕਹਿੰਦੀ ਮੈਂ ਖਾਣਾ ਡੋਸਾ ਕਈ ਦਿਨਾਂ ਦਾ ਮੇਰਾ ਜੀ ਕਰਦਾ ਮੈਂ ਚਲੋ ਅੱਜ ਤੁਹਾਨੂੰ ਡੋਸਾ ਖਵਾ ਦਿੰਦੇ ਹਾਂ ਅਤੇ ਲੋਕ ਮੈਂ ਉਹਨਾਂ ਨੂੰ ਆਪਣੇ ਖਾਣੇ ਸੀ ਇਹਨਾਂ ਨੇ ਕੀ ਖਾਣਾ ਸੀ ਚਾਂਪ ਖਾਣੀ ਸੀਗੀ ਚਾਂਪ ਇੱਥੇ ਮਿਲਦੀ ਨਹੀਂ ਹੈਗੀ ਇਹਨਾਂ ਦੇ ਸਾਗਰ ਰਤਨ ਵਾਲੇ ਨੌਰਥ ਸਾਊਥ ਇੰਡੀਅਨ ਦਾ ਫੂਡ ਆ ਇੱਥੇ ਸਾਰਾ ਹੀ ਹੈ ਨਾ ਸਾਊਥ ਵਾਲਿਆਂ ਦਾ ਇਹਨਾਂ ਦਾ ਫੂਡ ਸਾਰਾ ਹੀ ਇਹਨਾਂ ਕੋਲ ਸਾਰਾ ਸਾਊਥ ਫੂਡ ਹੀ ਆ ਹਾਂ ਨਹੀਂ ਉੱਧਰ ਦੂਜੇ ਰੈਸਟੋਰੈਂਟ ਇੱਕ ਰੈਸਟੋਰੈਂਟ ਹੋਰ ਹੈਗਾ ਉੱਥੇ ਮਿਲ ਜੂ ਚਲੋ ਆਪਾਂ ਇੱਥੇ ਇਹਨਾਂ ਨੂੰ ਹੁਣ ਆਪਾਂ ਇਹ ਖਵਾ ਦਿੰਦੇ ਹਾਂ ਬਾਅਦ 'ਚ ਆਪਾਂ ਫਿਰ ਇਹਨਾਂ ਨੂੰ ਕਹਿੰਦੇ ਮਗਰਾਉਣ ਲੈਣਾ ਬਾਅਦ 'ਚ ਮਗਰਾਉਣ ਖਵਾ ਦਾਂਗੇ ਫਰੈਂਚ ਫਰਾਈਜ਼ ਕਰੋ ਕੀ ਲਿਖਿਆ ਯਾਰ ਦੱਸੋ ਮੈਨੂੰ ਉਹ ਸਾਰੇ ਬੈਸਟ ਸਰਵਿਸ ਬੋਰਡ ਦੇ ਉੱਪਰ ਇੱਧਰ ਵੀ ਲਿਖਿਆ ਵਾ ਇੱਧਰ ਵੀ ਲਿਖਿਆ ਵਾ ਮੈਂ ਚੱਲਦਾ ਅੱਜ ਕ੍ਰਿਕਟ ਦਾ ਰੈਸਟੋਰੈਂਟ ਹੈਗਾ ਮਹਾਰਾਜਾ ਰੈਂਸੀ ਹੋਟਲਾ ਇਹਦੇ 'ਚ ਰੈਸਟੋਰੈਂਟ ਹੈਗਾ ਸਾਗਰ ਰਤਨ ਰੈਸਟੋਰੈਂਟ ਆਪਾਂ ਚੈੱਕ ਕਰੋ ਬਈ ਦਹੀਂ ਵਾਲੇ ਗੋਲਗੱਪੇ ਕਿਹਨੇ ਕਿਹਨੇ ਖਾਣੇ ਆ ਜਦੋਂ ਖਾਏਗਾ ਰੁਕਮਨ ਬਹੁਤ ਸਵਾਦ ਆ ਯਾਰ ਪੈਸੇ ਲਾਏ ਵਸੂਲ ਆ ਬਈ ਪਲੇਟ ਵੀ ਮਹਿੰਗੀ ਆ ਪਰ ਐਂ ਨਹੀਂ ਵੀ ਸਸਤੀ ਆ ਆਪਾਂ ਮਹਾਰਾਜਾ ਰੈਸਟੋਰੈਂਟ ਬਹਿ ਕੇ ਖਾਣਾ ਵਾ ਮਹਿੰਗਾ ਇਹ 220 ਰੁਪਏ ਦੀ ਪਲੇਟ ਆ 250 ਦੀ ਪਲੇਟ ਚੈੱਕ ਕਰੋ ਚੇਅਰਸ ਲਓ ਵੀ ਮਿੱਤਰੋ ਪਾਓ ਭਾਜੀ ਵੀ ਆ ਗਈ ਚੱਕੋ ਤਾਂ ਗੁਰਜੋਤ ਲੈ ਗਈ ਇਹ ਮਿੱਤਰੋ ਵੀ ਪਾਓ ਭਾਜੀ ਮੰਗਾਈ ਸੀਗੀ ਪਾਓ ਭੱਜ ਗਏ ਭਾਜੀ ਪੀ ਰਹਿ ਗਏ ਪਾਓ ਗੈਪ ਕਰਤੇ ਜਵਾਕਾਂ ਨੇ ਜਵਾਕ ਸਭ ਖਾ ਗਏ ਪਾਓ ਲੈ ਵੀ ਆ ਗਏ ਪਾਓ ਵੀ ਡੋਸਾ ਆ ਗਿਆ ਆਪਣਾ ਉਹ ਪਾਓ ਵੀ ਆ ਗਏ ਹੋਰ ਮਿੱਤਰੋ ਹੋਰ ਕੀ ਲੈ ਬਾਈ ਆਹ ਚਟਣੀਆਂ ਆ ਗਈਆਂ ਚਟਣੀਆਂ ਡੋਸੇ ਨਾਲ ਖਾਣ ਵਾਲੀਆਂ ਅਤੇ ਉਹ ਪਾਓ ਵੀ ਆ ਗਏ ਆਹ ਸਬਜ਼ੀ ਆ ਗਈ ਮਿੱਤਰੋ ਚੁੱਕ ਦੋ ਫਟੇ ਦੋਨੇ ਕੁੜੀਆਂ ਕੋਕ ਦੀਆਂ ਬਣੀਆਂ ਹੋਈਆਂ ਦੇਖੋ ਇਹ ਕੋਕ ਤੋਂ ਬਿਨਾ ਆਹ ਕੁੜੀ ਵੀ ਲੈ ਆਹ ਸਾਡੇ ਟੇਬਲ ਦਾ ਗੰਦ ਵਾ ਬਹੁਤ ਮਿੱਤਰੋ ਡਿਨਰ ਹੈ ਜੀ ਡਨ ਨਾ ਬਤ ਦੋ ਰੈਸਟੋਰੈਂਟ ਇੱਕ ਰੈਸਟੋਰੈਂਟ ਆ ਰਹੇ ਇਹ ਨੌਰਥ ਇੰਡੀਅਨ ਆ ਉਹ ਸਾਊਥ ਇੰਡੀਅਨ ਆ ਇਹ ਵਾਕਵੇ ਬਣਾਇਆ ਪਿੱਛੇ ਬਾਥਰੂਮ ਆ ਸਾਗਰ ਰਤਨ ਮਿੱਤਰੋ ਡਿਨਰ ਇਜ ਡਨ ਚਲੋ ਚੱਲੀਏ ਹੁਣ ਆਪਾਂ ਘਰ ਨੂੰ ਸੋਹਣਾ ਬਣਿਆ ਯਾਰ ਇਹ ਨਾਲੇ ਹੋਟਲ ਵੀ ਆ ਇਹ 'ਚ ਰੈਸਟੋਰੈਂਟ ਦੋ ਨੇ ਸਾਊਥ ਐਂਡ ਨੌਰਥ ਉਹ ਸਾਹਮਣੇ ਘੁਮਾਰ ਮੰਡੀ ਆ ਉਹ ਰਸਮਦਾਰ ਜੂਲਰ ਵਾਲੇ ਦੇਖੇ ਚੱਲ 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 ਪਿੱਛੇ ਪੁਲਿਸ ਵਾਲੇ ਬਣਾ ਲਾ ਇਹਨੂੰ ਪੁਲਿਸ ਵਾਲੇ ਫੜ ਲੈਂਦੇ ਫਿਰ ਬਾਏ ਬਾਏ ਮਹਾਰਾਜਾ ਰੈਂਸੀ ਬਾਏ ਬਾਏ ਸਾਗਰ ਰਤਨ ਚਲੋ ਚੱਲੀਏ ਬੱਚੇ ਕਹਿੰਦੇ ਰਾਤ ਰਹਿਣਾ ਆ ਜਾਂਦੇ ਹੋਟਲ 'ਚ ਇੱਕ ਦਿਨ ਮੈਂ ਕੋਈ ਨਾ ਤੁਹਾਨੂੰ ਫਿਰ ਕਿਤੇ ਹੋਰ ਵਧੀਆ ਜਿਹਾ ਖਾਵਾਂਗੇ ਹਾਂ ਉਰੇ ਰਹਿ ਕੇ ਜਾਣਾ
ਚਲੋ ਲੈਟਸ ਗੋ ਆਓ ਵੀ ਮਿੱਤਰੋ ਜਵਾਕਾਂ ਨੂੰ ਡਰਾਈਵ ਥਰੂ ਮਨੋਨਲ ਵਾਲਨੇ ਆ ਡਰਾਈਵ ਥਰੂ ਵੜ ਗਏ ਪਰ ਖਾਨ ਦਾ ਚੱਕਰ ਇਹੀ ਆ ਹਰੇਕ ਦੀ ਫਰਮਾਇਸ਼ ਪੂਰੀ ਕਰਨੀ ਪੈਂਦੀ ਆ ਪਹਿਲਾਂ ਇੱਕ ਦੀ ਕੀਤੀ ਆ ਹੁਣ ਦੂਜੇ ਦੀ ਹੈਲੋ ਟੇਕ ਮਾਈ ਆਰਡਰ ਟੇਕ ਮਾਈ ਆਰਡਰ ਹੈਲੋ ਹੈਲੋ ਆਰਡਰ ਨਹੀਂ ਲੈਂਦੇ ਯਾਰ ਇਹ ਲਿਆ ਰਹੀ ਮੈਡਮ ਚਲੋ ਗਾਂ ਦੇਖ ਲੈਂਦੇ ਆ ਕੀ ਖਾਣਾ ਹਲ ਬਾਈ ਮੇਰੇ ਤੋਰਨਾ ਮੇਰੇ ਬਾਈ ਤੋਰਨਾ ਆਰਡਰ ਕਰ ਦਈਏ ਟਾਈਮ ਲੈ ਜਾਂਦੇ ਆ ਬੰਦੇ ਬਹੁਤ ਜ਼ਿਆਦਾ ਟਾਈਮ ਹੈ ਨਾ ਰੁਕਮਨ ਟੇਕ ਟੇਕ ਟੂ ਮੱਚ ਟਾਈਮ ਆਪਾਂ ਉਹਦੇ ਨਾਲ ਤਾਂ ਉਦੋਂ ਉੱਤਰ ਕੇ ਫੜ ਲੈਂਦੇ ਨਸ਼ੇ ਵੀ ਫੜ ਲੈਣਾ ਓਏ ਗੱਡੀ ਕਿੱਥੇ ਪਿੱਛੇ ਗੱਡੀ ਖੜੀ ਆ ਕੁੜੀ ਕਹਿੰਦੀ ਮੈਂ ਖਾਣਾ ਆਈਸਕ੍ਰੀਮ ਆਪਣਾ ਢਿੱਡ ਭਰ ਲਿਆ ਤੇ ਮੈਂ ਗੱਡੀ ਦਾ ਢਿੱਡ ਵੀ ਭਰ ਦਈਏ ਤੇਲ ਪਾਉਂਦੇ ਆ ਗੱਡੀ ਦੀ ਟੈਂਕੀ ਫੁੱਲ ਹੋ ਗਿਆ ਭਰ ਗਿਆ ਢਿੱਡ ਬੱਚੇ ਤੁਹਾਡਾ ਹੁਣ ਹਾਂਜੀ ਬੋਲਾ ਯੈਸ